ਬਾਬੂ ਸਿੰਘ ਜੰਡੇਲਾ ਸੋਸ਼ਲ ਵਰਕਰ ਤੇ ਆਗੂ ਆਮ ਆਦਮੀ ਪਾਰਟੀ ਹਲਕਾ ਜੰਡੇਲਾਗੁਰੂ ਮੈਂ ਤੁਹਾਡੇ ਇਥੇ ਪੰਜਾਬ న్యూਸ ਤੇ ਇੰਡੀਆ ਕਰਾਇਮ ਦੀ ਟੀਮ ਤੇ ਪਹੁੰਚਣ ਤੇ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਜੰਡੇਲਾਗੁਰੂ ਦੀਆਂ ਸਮੱਸਿਆਵਾਂ ਨੂੰ ਇਥੇ ਕੋਗਣ ਆਏ ਜੋ ਤਾਂ ਜੋ ਕੀ ਗੁੰਗੀਆਂ ਤੇ ਬੋਲੀਆਂ ਸਰਕਾਰਾਂ ਤੱਕ ਜਿਹੜੀ ਆ ਆਵਾਜ਼ ਪਹੁੰਚ ਸਕੇ ਹਾਂਜੀ ਬਾਕੀ ਗੱਡੀਆਂ ਮੈਂ ਸਮੱਸਿਆਵਾਂ ਮੈਨੂੰ ਤੇ ਲੱਗਦਾ ਵੀ ਮੈਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਐਂਡ ਕਰਾਂ ਮੈਂ ਹੀ ਜਦੋਂ ਇੱਥੇ ਛੋਟੇ ਛੋਟੇ ਇਹਨਾਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਉਹਨਾਂ ਗਲੀਆਂ ਦੇ ਵਿੱਚ ਖੇਡਦੇ ਹੁੰਦੇ ਆ ਅੱਜ ਵੀ ਉਹੋ ਹੀ ਹਾਲਾਤ ਨੇ ਉਹਨਾਂ ਤੋਂ ਵੀ ਬੱਦਰ ਨੇ ਉਹਨਾਂ ਤੇ ਕੋਈ ਸਕੂਲ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਕਿਸੇ ਹਸਪਤਾਲ ਦੀ ਡਿਵੈਲਪਮੈਂਟ ਨਹੀਂ ਹੋਈ ਕਿਸੇ ਰੋਡ ਦੀ ਡਿਵੈਲਪਮੈਂਟ ਨਹੀਂ ਹੋਈ ਆਲੇ ਦੁਆਲੇ ਦਾ ਜਿੰਨਾ ਪਾਣੀ ਆ ਅੱਗੇ ਤਾਂ ਛਪੜਾਂ ਦੇ ਵਿੱਚ ਚਲੇ ਜਾਂਦਾ ਸੀ ਉਹਨਾਂ ਨੇ ਛਪੜ ਵੀ ਪੂਰ ਕੇ ਤੇ ਉਹ ਬੰਦ ਕਰਤੇ ਉਹ ਲੋਕਾਂ ਦੇ ਘਰਾਂ 'ਚ ਬੈਕ ਮਾਰਦਾ ਜਦੋਂ بارش ਆ ਜਾਂਦੀ ਆ ਤੇ ਜਦੋਂ ਕਿ ਇਹਨਾਂ ਕਈ ਵਾਰੀ एसटीपी ਪਲਾਂਟ ਲਾਣਾ ਸੀ ਉਹ ਵੀ ਅਜੇ ਤੱਕ ਨਹੀਂ ਲੱਗਾ ਇਹਨਾਂ ਦੇ ਕੋਲੋਂ ਇਹਨਾਂ ਜਿਹੜੇ ਫੰਡ ਆਏ ਆ ਉਹ ਪਤਾ ਨਹੀਂ ਕਿੱਧਰ ਨੂੰ ਜਾਈ ਜਾ ਰਹੇ ਆ ਸਮਝ ਨਹੀਂ ਲੱਗਦੀ ਛੜਕਾਂ ਦਾ ਹਾਲ ਤੁਸੀਂ ਸਾਹਮਣੇ ਦੇਖ ਲਓ ਹਾਂਜੀ ਆਲੇ ਦੁਆਲੇ ਗੰਦਗੀ ਦੇਖ ਲਓ ਸਾਰਾ ਸ਼ਹਿਰ ਜਿਹੜਾ ਇਤਿਹਾਸਕ ਸ਼ਹਿਰ ਆ ਇਹ ਜਿਹੜੀ ਆਪਣੇ ਗੁਰੂ ਬਾਬਾ ਹੰਧਾਲ ਜੀ ਦੀ ਪਵਿੱਤਰ ਧਰਤੀ ਆ ਹੋਰ ਵੀ ਇੱਥੇ ਬੜੇ ਬੜੇ ਮਹਾਂਪੁਰਖ ਇੱਥੇ ਇਸ ਧਰਤੀ ਤੇ ਜਿਹੜੇ ਤਪਸ਼ਵੀ ਹੋਏ ਨੇ ਤੇ ਇਹਨਾਂ ਦਾ ਹਾਲ ਇਹਨਾਂ ਦਾ ਉਹ ਛੜਕਦਾ ਹਾਲ ਵੇਖ ਲਓ ਆਪਣੀ ਬਿਜਲੀ ਪਾਣੀ ਦਾ ਹਾਲ ਵੇਖ ਲਓ ਬਹੁਤ ਬੁਰਾ ਹਾਲ ਹੈ ਇੱਥੇ ਕੋਈ ਸਹੂਲਤ ਨਹੀਂ ਸਿਰਫ ਡਰਾਮਾ ਆਇਆ ਇਹ ਜਿਹੜੀ ਬੋਤਲ ਉਹ ਹੀ ਆ ਸ਼ਰਾਬ ਹੈ ਨਾ ਬਦਲਦੀ ਦੀ ਜਿੱਦਾਂ ਬਦਲ ਦਿੰਦੇ ਅਸੀਂ ਕੋਈ ਉਹਦਾ ਕੰਮ ਨਹੀਂ ਹੋਇਆ ਜਿਹੜੇ ਨੌਜਵਾਨ ਬੇਰੁਜ਼ਗਾਰ ਆ ਜੇ ਉਹ ਬੇਰੁਜ਼ਗਾਰ ਨਾ ਹੁੰਦੇ ਤੇ ਅੱਜ ਜਿਹੜੇ ਆ ਜਿਹੜੇ ਪੁੱਠੇ ਸਿੱਧੇ ਕੰਮ ਕਰ ਰਹੇ ਆ ਨਸ਼ਿਆਂ ਦੇ ਕੰਮ ਕਰ ਰਹੇ ਆ ਜਾਂ ਲੁੱਟਾਂ ਖੋਹਾਂ ਚੱਲ ਰਹੀਆਂ ਸਨੇਚਿੰਗ ਚੱਲ ਰਹੀਆਂ ਉਹ ਕਿਉਂ ਚੱਲ ਰਹੀਆਂ ਜੇ ਬੱਚਿਆਂ ਨੂੰ ਕੰਮ ਮਿਲਦਾ ਤੇ ਬੱਚੇ ਇਧਰ ਧਿਆਨ ਜਾਂਦਾ ਹੀ ਨਾ ਅਸਰ ਕੇ ਬੱਚੇ ਤੇ ਰੋਜ਼ਗਾਰ ਦੀ ਮੰਗ ਕਰ ਰਹੇ ਆ ਜਿੱਦਾਂ ਪਹਿਲਾਂ ਆਪਾਂ ਗੱਲ ਕਰਦੇ ਆਂ ਕੁੱਲੀ ਗੁੱਲੀ ਜੁੱਲੀ ਦੀ ਨਾ ਤੇ ਕਿਸ ਕੋ ਕੁੱਲੀ ਆ ਨਾ ਗੁੱਲੀ ਆ ਨਾ ਜੁੱਲੀ ਆ ਅੱਜ ਸਮੇਂ ਦੀ ਮੰਗ ਆ ਰੋਜ਼ਗਾਰ ਚਾਹੀਦਾ ਨੌਜਵਾਨ ਨੂੰ ਪੜ੍ਹਾਈ ਵਧੀਆ ਚਾਹੀਦੀ ਆ ਲਿਖਾਈ ਵਧੀਆ ਚਾਹੀਦੀ ਆ ਦਵਾਈ ਵਧੀਆ ਚਾਹੀਦੀ ਆ ਨਾ ਦਵਾਈ ਆ ਨਾ ਹਸਪਤਾਲਾ ਜਿਹੜਾ ਹਸਪਤਾਲਾ ਦਵਾਈ ਨਹੀਂ ਹੈਗੀ ਤੇ ਮਰੀਜ਼ ਤੇ ਬਿਨਾਂ ਦਵਾਈ ਤੋਂ ਮਰ ਰਹੇ ਨੇ ਹਾਂਜੀ ਮੈਂ ਸੁਪੇਦਾਰ ਅਫਰੀਕ ਰਾਉ ਐਕਸ ਆਰਮੀ ਮੈਂ ਬੜੀ ਤਨਵਾਦ ਕਰਦਾ ਹਾਂ ਤਾਂ ਜਿਹਨਾਂ ਜਿਹਨਾਂ ਸਾਡੇ ਵਿਚਾਰ ਲੈਣ ਵਾਲੇ ਤੁਹਾਨੂੰ ਦੱਸਣ ਦਿੱਤੇ ਫਸਟਲੀ ਮੈਂ ਤੁਹਾਨੂੰ ਇਹੋ ਦੱਸਣਾ ਚਾਹੁੰਦਾ ਜੋ ਸਾਡੇ ਜੰਡਾਲੇ ਦਾ ਹਾਲ ਹੈ ਖਾਸ ਕਰਕੇ ਰਾਜਨੀਤੀ ਤੌਰ ਤੇ ਤੇ ਪੰਜਾਬ ਪੁਲਿਸ ਦੀ ਜਿਹੜੀ ਚਕਾਰ ਜਰੀਆ ਸਭ ਤੋਂ ਭੜੀ ਇੱਥੇ ਆ ਇੱਥੇ ਕਮ ਸਿਕਾ 35 ਮੋਟਰਸਾਈਕਲ ਚੋਰੀ ਹੋ ਗਏ ਆ ਕਿਸੇ ਨੇ ਅਜੇ ਤੱਕ ਪੁਲਿਸ ਵਾਲੇ ਲੱਭਿਆ ਨਹੀਂ ਗਾ ਕਿਉਂਕਿ ਜਿਹੜਾ ਥਾਣੇਦਾਰ ਆਉਂਦਾ ਉਹ ਆਉਂਦਾ ਰਾਜਨੀਤੀ ਦੇ ਐਮਐਲਏ ਦੇ ਥਾਂ ਐਮਐਲਏ ਜਿਹਨੂੰ ਦਾ 10 ਲੱਖ ਰੁਪਇਆ ਲਿਆ ਉਹਨੇ ਆਪਣੇ ਪੈਸੇ ਪੂਰੇ ਕਰਦੇ ਨੂੰ ਵੋਟਸ ਨੇ ਕਿਤੇ ਪ੍ਰਵਾਹ ਗਈ ਤੇ ਨਾ ਉਹਨੇ ਰਫੀ ਕਿਸੀ ਲੇਤਾ ਰਫਟ ਲਗਾਉਣ ਜਾਓ 6 ਦਿਨ ਰਫਟੇ ਲਿਖਣੀਆਂ ਨੇ ਉਹ ਇਹ ਸਭ ਤੋਂ ਮਾੜੀ ਹਾਲਤ ਨੰਬਰ 2 ਦੇ شیخਪਾਦ ਰਾਜਾ ਜਾਓ ਨੰਬਰ 2 ਕਾਮ ਮੰਡੀ ਜਾਓ ਉੱਥੇ ਤਿੰਨ ਤਰ੍ਹਾਂ ਦੇ ਘੇਟੇ ਜਾਮ ਲੱਗਦਾ ਕਿਉਂਕਿ ਉੱਥੇ ਪੁਲਸੜਾ ਕੋਈ ਹੈ ਨਹੀਂਗਾ ਉਹ ਉੱਥੇ ਲੋਕੀ ਬਿਮਾਰ ਬੰਦਾ ਉੱਥੇ ਭੇਜੋ ਮਰ ਜੇ ਉਹ ਨਹੀਂ ਕੋਈ ਹੁੰਦਾ ਸਭ ਤੋਂ ਜਿਆਦਾ ਪ੍ਰੋਬਲਮ ਇਹ ਤੇ ਆੜਕਾਂ ਵੇਹ ਲੋ ਤਨਤਾ ਦੋ ਜੰਡਿਆਲਾ ਬੰਦਾ ਵੀਰ ਡਿੱਗਦਾ ਰਾਹ ਚ ਇਹ ਸਾਡੇ ਐਮਐਲਏ ਸਾਹਿਬ ਦਾ ਹੈਗਾ ਸਾਡਾ ਇਲਾਕਾ ਫਿਰ ਵੀ ਉਹ ਹਾਲ ਚੋ ਉਹਨਾਂ ਕੋ ਉਹਨਾਂ ਤੇ ਉਹ ਬਨੇ ਰਾਉਣ ਨਹੀਂ ਆਉਣਾ ਉਹਨਾਂ ਤੇ ਰੰਗਾਂ ਹੁੰਦਾ 20000 ਤੜਣਾ ਲੰਗਾਂ ਤੇ ਆਪਾਂ ਆਮ ਲੋ ਇਹ ਬਾਤ ਹੈ ਮੇਰੀ ਗਜ਼ਾਰ ਹੈ ਇਹ ਜਿਹੜੀ ਸਰਕਾਰ ਨੇ ਜੋ ਅੱਗੇ ਸਰਕਾਰਾਂ ਨੇ ਆਪਣੇ ਨਮਾਇਦੇ ਲਾਏ ਆ ਉਹ ਕਿਸੇ ਚੀਜ਼ ਨੂੰ ਖਿਆਲ ਦੇਣ ਮੈਡੀਕਲ ਬਹੁਤ ਘੱਟ ਸੋਚਦਾ ਮੈਡੀਕਲ ਕੋਈ ਸਰਕਾਰੀ ਹਸਪਤਾਲ ਨਹੀਂ ਇੱਥੇ ਦਾ ਨਾ ਕੋਈ ਸਰਕਾਰ ਆ ਬੱਚੇ ਵਿਚਾਰੇ ਆਪਣੀਆਂ ਬੱਚੀਆਂ ਬਸਾਂ ਧੱਕੇ ਖਾਂਡੀਆਂ ਉਹਨੂੰ ਬਾਹਰ ਭੱਜ ਜਾਣਾ ਪੈਣਾ ਪੈਂਦਾ ਕਿਉਂ ਨਹੀਂ ਇਹ ਤਸੀਲ ਕਿਉਂ ਨਹੀਂ ਬਣ ਸਕਦੀ ਜੇ ਬਾਬਾ ਬਗਤ ਹੇਰਤੇ ਇਹ ਕਿਉਂ ਨਹੀਂ ਤਸੀਲ ਬਣ ਸਕਦੀ ਕੀ ਗੱਲ ਇੱਥੇ ਗਈ ਘਾਟਾ ਵਾ ਇਹੋ ਕਮੀਆਂ ਉਹ ਦੁਬਾਰਾਂ ਦੀ ਕਮੀ ਆ ਐਮਐਲਏ ਦੀ ਕਮੀ ਜਿਹਨਾਂ ਆਪ ਇਹ ਚੀਜ਼ ਵਾਸਤੇ ਧਿਆਨ ਨਹੀਂ ਦਿੰਦੇ ਉਹਨਾਂ ਸਿਰ ਆਪਣੇ ਪੱਖਪਾਤੀ ਕਰਨ ਰਹੇ ਆ ਪਿਆਹੀ ਆਪਣਾ ਕਿਧਰ ਸਾਨੂੰ ਕੁਝ ਨਾ ਕੁਝ ਮਿਲ ਜੇ ਆਪਾਂ ਉਧਰ ਹੀ ਚੱਲ ਪਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ